ਤਾਂ ਆਪਣੇ ਬੇਰੀ ਹੈ ਤੇ ਕੁਝ ਖੱਜਣਾ ਬਾਗੀ ਹੈ ਥੋੜਾ ਦੂਰ ਹੁਣ ਮੰਨ ਨਹੀਂ ਸਕਦੇ ਟਾਈਮ ਹੈ ਡਿਜੀਟਲ ਕੈਮਰਾ ਹੀ ਮੇਰਾ ਬਹੁਤ ਪੁਰਾਣਾ ਤੇ ਉਹਦੇ ਹੀ ਰਿਕਾਰਡ ਕਰਾਂਗਾ ਪਿਆ ਤੇ ਇਹ ਉਹਦੇ ਰਿਕਾਰਡ ਕਰਨ ਦਾ ਮਕਸਦ ਇਹ ਹੈ ਬਈ ਚੈੱਕ ਕਰੇ ਸਾਂ ਜਿਸ ਟਾਈਮ ਐਡਿਟ ਥੀ ਵਿੱਚ ਨੇ ਵੀਡੀਓ ਵਾਲਾ ਚੈੱਕ ਕਰੇ ਸਾਂ ਬਈ ਮੋਬਾਈਲ ਦਾ ਰਿਜ਼ਲਟ ਅੱਛਾ ਹੈ ਜਾਂ ਕੈਮਰਾ ਰਿਜ਼ਲਟ ਅੱਛਾ ਅਗਰ ਖੜੇ ਸ਼ੋਰ ਲੋਕ ਮਜੇ ਹੀ ਖੜੇ असलम क्या हाल है जी ठीक हो तबे से ठीक है मैं हनुमान अहमद सलत पे यूट्यूब चैनल नुमान विलॉग्स आज की वीडियो बहुत ही मजेदार थी वाली है इतनी लंबी वीडियो कहने तकरीबन 5-6 मिनट की वीडियो बन रही 5-6 मिनट की वीडियो भी पूरी देखने बहुत वही गाल है सब पहले वीडियो शुरू करने पहले मेरे यूट्यूब चैनल को सब्सक्राइब करके बेल आइकन पे क्लिक करता है आने वीडियो तक पहुंच सके भाईजन क्या बैठे करेंगे हो हुक्का पीना बैठा होने नहीं बस ਅਬੂ ਨੇ ਕਿਤੇ ਪਖਾਇਆ ਸਰ ਬਾਸ ਕਹਿੰਦੇ ਬੈਠੇ ਠੀਕ ਠੀਕ ਬਾਸ ਕਹਿੰਦੇ ਬੈਠੋ ਸਹੀ ਸਹੀ ਬਾਸ ਇਹ ਤਾਂ ਕਹਿਣਾ ਬਸ ਸੇਕ ਤਾਂ ਗੁਜ਼ਾਰਾ ਥੀ ਦਾਪੇ ਠੱਡੀ ਹਵਾ ਹੈ ਨਾ ਸਰਦੀ ਲੱਗਦੀ ਚਲੋ ਠੀਕ ਹੈ ਇਹ ਤਾਂ ਛੋਟਾ ਜਰਮਨ ਸ਼ੈਫਰਡ ਚੈੱਕ ਕਰੋ ਹੋਏ ਹੋਏ ਆਓ ਆਓ ਆਪੇ ਲਾ ਲਾ ਸ਼ੋਰ ਦੇ ਜੀ ਖੜੇ ਸ਼ੋਰ ਦੇ ਮਜੇ ਹੀ ਖੜੇ ਫੈਮਲੀ ਵਰਸ ਮੈਂ ਅਤੇ ਮੇਰਾ ਡੋਗ ਕੁੱਤਾ ਮੇਰਾ ਅਸਾਂ ਜਿਹੜਾ ਨਾ ਫਸਲਾਂ ਵਾਲੇ ਪਾਸੇ ਆਇਆ ਟੁਰਨ ਫਿਰਨ ਅਸਲ 'ਚ ਅੱਜ ਦਾ ਜਿਹੜਾ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਕਿ ਮੈਂ ਅੱਜ ਵੀਡੀਓ ਜਿਹੜਾ ਨਾ ਮੋਬਾਈਲ ਨਾਲ ਕੈਪਚਰ ਕਹਿੰਦੇ ਕਰਾਉਂਦਾ ਪਿਆ ਮੈਂ ਵੀਡੀਓ ਅੱਜ ਮੈਂ ਆਪਣੇ ਡਿਜੀਟਲ ਕੈਮਰਾ ਹੀ ਮੇਰਾ ਬਹੁਤ ਪੁਰਾਣਾ ਅਤੇ ਉਹਦੇ ਹੀ ਰਿਕਾਰਡ ਕਰਾਉਂਦਾ ਪਿਆ ਅਤੇ ਇਹ ਉਹਦੇ ਰਿਕਾਰਡ ਕਰਨ ਦਾ ਮਕਸਦ ਇਹ ਬਈ ਚੈੱਕ ਕਰੇ ਸਾਂ ਜਿਸ ਟਾਈਮ ਐਡਿਟ ਥੀ ਵਿੱਚ ਨੇ ਵੀਡੀਓ ਵਾਲਾ ਚੈੱਕ ਕਰੇ ਸਾਂ ਬਈ ਮੋਬਾਈਲ ਦਾ ਰਿਜ਼ਲਟ ਅੱਛਾ ਹੈ ਜਾਂ ਕੈਮਰਾ ਰਿਜ਼ਲਟ ਅੱਛਾ ਅਗਰ ਕੈਮਰਾ ਰਿਜ਼ਲਟ ਅੱਛਾ ਹੈ ਬਿਹਤਰੀਨ ਹੈ ਮਤਲਬ ਅੱਛੀ ਬੈਨੀਫਿਟ ਮਿਲਦੀ ਹੈ ਵੀਡੀਓ ਨੂੰ ਅੱਜ ਕੱਲ੍ਹ ਬਾਅਦ ਵਲੋਗ ਆਪਣੇ ਕੈਮਰੇ 'ਚ ਬਣਾਇਆ ਸਾਂ ਵਾਲਾ ਐਡਿਟ ਮੋਬਾਈਲ 'ਚ ਕਰ ਗਏ ਸਾਂ ਅਤੇ ਤੁਸੀਂ ਕਮੈਂਟ ਦਾ ਵੀ ਦੱਸਣਾ ਕਿ ਮੇਰੇ ਜਿਹੜੇ ਪਹਿਲੇ ਵਲੋਗ ਹਨ ਅਤੇ ਜਿਹੜਾ ਇਹ ਵਲੋਗ ਆਉਂਦਾ ਪਿਆ ਇਹ ਸੇਮ ਆਉਂਦੇ ਪੈਣ ਜਾਂ ਕੋਈ ਮਤਲਬ ਕੋਈ ਫਰਕ ਮਹਿਸੂਸ ਹੁੰਦਾ ਪਿਆ ਤੁਸੀਂ ਕਮੈਂਟ ਲਾਜ਼ਮੀ ਦੱਸੋ ਅਤੇ ਇਹ ਪਰ ਹੁਣ ਮੈਂ ਆਪਦਾ ਫਸਲਾਂ ਵਾਲੇ ਪਾਸੇ ਥੋੜ੍ਹਾ ਜਿਹਾ ਕੈਪਚਰ ਕਰਦੇ ਵੀਡੀਓ ਰਿਕਾਰਡ ਕਰਦੇ ਹਾਂ ਵਾਲੀ ਕੋਈ ਐਡਿਟ ਕਰੇ ਸੂੰ ਬਾਅਦ ਦੇ ਪਤਾ ਲੱਗ ਸੀ ਵੀ ਰਿਜ਼ਲਟ 'ਚ ਕੋਈ ਫਰਕ ਮਹਿਸੂਸ ਥੀਂਦਾ ਜਾਂ ਨਹੀਂ ਥੀਂਦਾ ਇਹ ਬਸ ਟਾਈਮ ਚੈੱਕ ਕਰਦੇ ਹਾਂ ਟਾਈਮ ਇਵੇ 5:02 ਤਾਂ 5 ਦਾ ਟਾਈਮ ਇਵੇ ਅੱਗੇ ਨਾ ਕਿਉਂਕਿ ਹੁਣ ਸਰਦੀ ਬਹੁਤ ਜ਼ਿਆਦਾ ਘੱਟ ਗਈ ਹੈ ਅਤੇ ਗਰਮੀ ਹੌਲੇ ਹੌਲੇ ਆਉਂਦੀ ਪਈ ਹੈ ਮਤਲਬ ਮੌਸਮ ਕਮਾਲ ਦਾ ਬਿਨਾ ਖੜੇ ਹੋਏ ਮੈਂ ਹੁਣੇ ਥਾਂ ਕੇ ਅਤੇ ਬਾਹਰੋਂ ਨਿਕਲਿਆ ਵਾ ਫਰੈਸ਼ ਥੀ ਮਤਲਬ ਫਰੈਸ਼ ਥੀ ਕਿ ਨਿਕਲਿਆ ਵਾ ਬਾਹਰੋਂ ਅਤੇ ਮੈਂ ਕੋਈ ਦਿਨ ਇਤਨੀ ਜ਼ਿਆਦਾ ਸਰਦੀ ਨਹੀਂ ਪਈ ਲੱਗਦੀ ਅੱਛਾ ਅਗਰ ਤੁਹਾਨੂੰ ਮੈਂ ਬਈ ਗੱਲ ਦੱਸਾਂ ਕਿ ਮੈਂ ਆਪਣੀ ਜਲਦੀ ਦੇ ਵਿੱਚ ਨਾ ਅੱਜ ਜਿਹੜਾ ਇੰਟਰਵਿਊ ਕੀਤਾ ਮੀ ਨਾ ਬਸ ਸ਼ਾਰਟ ਸ਼ਾਰਟ ਇੰਟਰਵਿਊ ਕੀਤਾ ਮੀ ਅਤੇ ਤੁਹਾਨੂੰ ਸ਼ਾਇਦ ਸਹੀ ਤਰ੍ਹਾਂ ਸਮਝ ਨਾ ਆਈ ਹੋਵੇ ਤਾਂ ਮੈਂ ਵਲਾ ਦਾਂ ਕਿ ਮੇਰੇ ਚੈਨਲ ਦਾ ਨਾਂ ਹੈ ਨੁਮਾਨ ਵਲੋਗਸ ਅਤੇ ਮੇਰਾ ਨਾਂ ਹੈ ਨੁਮਾਨ ਅਹਿਮਦ ਅਤੇ ਮੇਰੀ ਵੀਡੀਓ ਤੁਸੀਂ ਮਤਲਬ ਸ਼ੁਰੂ ਤੋਂ ਡਿਸਰੀ ਕੀਤੀ ਹੋਦੇ ਹੋ ਅਤੇ ਬਾਕੀ ਰਿਕੁਐਸਟ ਕਰੇ ਸਾਂ ਕਿ ਮੇਰੇ ਯੂਟਿਊਬ ਚੈਨਲ ਕੋਲ ਲਾਜ਼ਮੀ ਸਬਸਕ੍ਰਾਈਬ ਕਰਕੇ ਨਾ ਬੈਲ ਆਈਕਨ 'ਤੇ ਵੀ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅਤੇ ਜ਼ਿਆਦਾ ਨਾਲ ਜ਼ਿਆਦਾ ਦੋਸਤਾਂ ਨਾਲ ਵੀਡੀਓ ਸ਼ੇਅਰ ਕੀਤਾ ਕਰੋ ਤਾਂ ਕਿ ਬਿਨਾਂ ਤੁਹਾਡੇ ਦੋਸਤਾਂ ਤੱਕ ਮੇਰੀ ਵੀਡੀਓ ਪਹੁੰਚੇ ਕਮੈਂਟ ਵੀ ਲਾਜ਼ਮੀ ਕੀਤਾ ਕਰੋ ਮੈਂ ਪਤਾ ਲੱਗ ਸੀ ਵੀ ਕਿਹੜੀ ਜ਼ਿਆਦਾ ਮੈਂ ਵੀਡੀਓ ਸਹੀ ਬਣਾਈ ਮੈਂ ਕਿਹੜੀ ਜ਼ਿਆਦਾ ਵੀਡੀਓ ਦੀ ਗਲਤੀ ਆ ਗਈ ਗਲਤੀ ਹੋਵੇ ਤਾਂ ਉਹ ਵੀ ਲਾਜ਼ਮੀ ਕਮੈਂਟ ਦੱਸਿਓ ਅਗਰ ਕੋਈ ਵੀਡੀਓ ਮਤਲਬ ਬੈਸਟ ਆ ਗਈ ਤਾਂ ਉਹ ਵੀ ਕਮੈਂਟ ਲਾਜ਼ਮੀ ਦੱਸਿਓ ਕੈਮਰੇ ਦੇ ਵਿੱਚ ਸਲੋਮੋ ਹੈ ਕਿਆ ਨਾ ਲੇਕਿਨ ਇਹ ਸ਼ਾਇਦ ਵੀਡੀਓ ਕਾਲ ਹੀ ਨਹੀਂ ਪਿਆ ਸੀ ਮੇਰੇ ਦੱਸਣਾ ਕੈਮਰੇ ਦੇ ਵਿੱਚ ਸਲੋਮੋ ਹੈ ਕਿਆ ਮੇਰੇ ਮੋਬਾਈਲ ਸਲੋਮੋ ਹੈ ਲੇਕਿਨ ਅੱਜ ਮੇਰਾ ਮੂਡ ਬਿਲਕੁਲ ਕਿਆ ਨਹੀਂ ਕਿ ਸਲੋਮੋ ਬਣਾਵਣ 'ਤੇ ਅੱਜ ਜਿਹੜਾ ਨਾ ਉੱਥੇ ਜੁਲਦੇ ਹਾਂ ਉੱਥੇ ਇੱਕ ਬੇਰ ਪੇਵਦ ਪੇਵਦ ਬੇਰ ਉਹਦੇ ਜੁਲ ਕੇ ਬੇਰ ਖਾਣੇ ਅਤੇ ਭਾਈ ਭਾਈ ਵੀਰ ਕਮੈਂਟ ਲਾਜ਼ਮੀ ਦੱਸੋ ਕਿ ਮੇਰਾ ਡੌਗ ਕੀ ਹੋ ਜੀ ਡੌਗ ਹੈ ਕੀ ਭਜਾ 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 ਉਸ ਹੋਏ 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 ਮੋਇਨ ਭਾਈ ਜੋ ਲੋ ਜਿਹੜੀ ਉੱਥੇ ਬੇਰ ਖੜੀ ਨਾ ਸਭ ਬੇਰ ਤੇ ਪੜ ਲਓ ਅੱਛਾ ਵੀਰ ਸ਼ਾਇਦ ਮੈਂ ਕੋਈ ਗੱਲ ਫਰਮਾਇਆ ਬਸ ਹੁਕਮ ਕਰੋ ਭਜਾਨ ਇਹ ਭਜਾਨ ਸਰਦਾਂ ਦੀ ਵਜ੍ਹਾ ਤੋਂ ਘਾਹ ਸਾਡੇ ਸੋਗਾ ਮਾਲ ਭੁੱਖਾ ਪਏ ਇਹ ਤਾਂ ਸਹੀ ਇਹਨਾਂ ਦੀ ਮਿਹਰਬਾਨੀ ਹੈ ਡੀਜ਼ਲ ਸ਼ੀਜ਼ਲ ਮੰਗਵਾ ਦੇਣਨ ਠੀਕ ਹੈ ਤੇ ਬਸ ਇਹ ਘਾਹ ਸ਼ਾ ਕੋ ਪਾਲੀ ਪਏ ਧਾਣੇ ਇਹਨਾਂ ਦੀ ਥੀਰਾ ਕੱਕੜ ਕੋਲੋ ਹੋਣ ਕੁਝ ਅੱਲਾ ਮਿਹਰਬਾਨੀ ਕੀਤੀ ਹੈ ਕੋਈ ਸੂਰਜ ਸੂਰਜ ਨਿਕਲਦਾ ਪਏ ਵਾਹ ਵਾਹ ਇਹ ਸਹੀ ਸਪੈਸ਼ਲ ਕੋਟ ਦੇ ਵਿੱਚੋਂ ਧਾਣੇ ਪਟਣ ਆਇਆ ਵਦਾ ਇਥਾ ਪੂਜੇ ਸੁਣੋ ਵੀਰ ਜੀ ਪੂਜੇ ਜੇ ਤਾਂ ਆਪਣੇ ਬੇਰੀ ਹੈ ਤੇ ਕੁਝ ਖੱਜਣਾ ਬਾਗੀ ਹੈ ਇਹ ਥੋੜਾ ਦੂਰ ਹੁਣ ਮੰਨ ਨਹੀਂ ਸਕਦੇ ਟਾਈਮ ਹੈ ਕਾਨਾ ਇਹ ਜੋ ਕਹਿਣਾ ਇਹ ਥੋੜਾ ਦੂਰ ਠੀਕ ਹੈ ਨਹੀਂ ਨਹੀਂ ਸਹੀ ਹੈ ਸਹੀ ਜ਼ਰੂਰ ਹੈ ਥਾ ਕੋ ਵੀਰਸ ਬੇਰ ਚੈੱਕ ਕਰੋ ਓਏ ਹੋਏ ਹੋਏ ਬੇਰ ਝਰੀ ਪਈ ਝਰੀ ਬੇਟਾ ਨਾ ਹਾਲ ਹੈ ਛੋਟੇ ਬੰਦਾ ਪਟੋ 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 ਬੰਦਾ ਮੇਰਾ ਕੀ ਆ ਬਦਲ ਲਾਹੌਰ ਸਪਰੇ ਗਿਨਾ ਠੀਕ ਹੈ ਸਪਰੇ ਸਪਰੇ ਨਾਲ ਜੇ ਕਿ ਮਰ ਵੈਸੇ ਨਾ 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 ਸਹੀ ਹੈ ਜਿਹੜੇ ਖਾਸ ਨੇ ਉਹਨਾਂ ਦਾ ਕੰਮ ਥੀ ਵੈਸੀ ਇਹ ਭਾਈਦਾਨ ਜਿਹੜੇ ਦੇਦੇ ਪਾ ਨਾ ਇਹ ਕੁਮਾਣ ਹੈ ਔਰੇ ਕਾ ਰਹੇ ਗੜੂ ਇਹ ਕੁਮਾਣ ਦਾ ਤੂੰ ਮੁੱਠ ਕੋ ਇਹ ਸਹੀ ਹੈ ਨਾ ਭਾਈ ਇਹ ਜਿਹੜੇ ਕੁਮਾਣ ਹਨ ਭਾਈਦਾਨ ਇਹ ਮਿੱਠੇ ਇਹ ਵਾਲਾ ਠੀਕ ਠੀਕ ਵੈਸੇ ਜਿਹੜਾ ਅੱਛਾ ਜੀ ਆ ਜੀ ਟੈਸਟ ਕਰ ਰਹੇ ਨੇ ਕਿ ਬੇਰ ਕੀ ਹੋ ਜਾਣ ਪਰ ਚੈੱਕ ਕਰੋ ਕੀੜਾ ਨਾ ਹੋਵੇ ਜਿੰਦੇ ਭਾਈਦਾਨ ਸਾਡੀ ਮੱਛੀ ਪਕਣੀ ਹੈ ਵੀਡੀਓ ਖਤਮ ਕਰੇ ਤਾਂ ਟਾਈਮ ਨਾ ਮੱਛੀ ਪੱਕ ਵੇ ਸੀ ਸਬਰ ਕਰੋ ਜਿਹੜੇ ਘਰ ਹੋ ਮੱਛੀ ਪੱਕੀ ਪਈ ਹੋਈ ਟੈਸ਼ਨ ਨਾ ਕਿਨੋ
मेरे वैसे बेर कमाल है आखिरी बेर, लेकिन बेर झुरी पी है खाने तो मोस्ट वेलकम सर। कोई भी मेरा खाना चाहे तो कमेंट दे सारे को तशरीफ करना सो ते बेर निरे ला दो सो ओ छटे ने मैं कुत्ते ले मैं कुत्ते छटे ना पहली बार मैं अपने देर से पहुंच गया ते आज वाली वीडियो तो ज्यादा लंबी नहीं सकने दे मैं जितना थिया एडिट दे विच भी शॉर्ट करे सा मतलब क्लिप कट छटे सा तकरीबन ये 4-5 मिनट की वीडियो बनाया सर इसे एंड तो उम्मीद करें तो सारी वीडियो बहुत अच्छी लगी अगर सारी वीडियो अच्छी लगी तो सारे यूट्यूब चैनल को लाजमी सब्सक्राइब करे सो तो बेल आइकन भी क्लिक करो ताकि आने वीडियो थोड़े तक पहुँच सके। यार मेरे मुँह जहाँ बेहद ही गकड़ वी तो उ पर जो थोड़ा जहाँ मेरा जबान हटती पी तो ये वीडियो तक करें इतनी एंड तो इन शाला तक मिलते नवी वीडियो तब तक के लिए अल्लाह हाफिज़।